ਦੋਸਤੋ ਜੇਕਰ ਆਪਾਂ ਪੰਜਾਬੀ ਸਿਨੇਮੇ ਦੀਆਂ ਸਭ ਤੋਂ ਪਿਆਰੀਆਂ ਤੇ ਮੋਸਟ ਲਵੇਬਲ ਫਿਲਮਸ ਦੀ ਗੱਲ ਕਰੀਏ ਤਾਂ ਉਹਨਾਂ 'ਚ ਨਾਮ ਆਉਂਦਾ ਹੈ ਲਾਹੌਰੀਏ, ਲਵ ਪੰਜਾਬ, ਅੰਗਰੇਜ਼ ਤੇ ਬੰਗੂਗਾ। ਇਹ ਸਾਰੀਆਂ ਫਿਲਮਾਂ ਵੱਖ ਵੱਖ ਡਾਇਰੈਕਟਰਸ ਨੇ ਬਣਾਈਆਂ ਨੇ ਤੇ ਇਹਦੇ 'ਚ ਵੱਖ ਵੱਖ ਕਲਾਕਾਰਾਂ ਨੇ ਕੰਮ ਕੀਤਾ ਹੈ, ਪਰ ਇਹ ਸਾਰੀਆਂ ਫਿਲਮਾਂ 'ਚ ਇੱਕ ਸ਼ਖਸੀਅਤ ਜੋ ਕਾਮਨ ਹੈ ਉਹ ਨੇ ਕਾਰਜ ਗਿੱਲ ਭਾਅ ਜੀ। ਕਾਰਜ ਭਾਅ ਜੀ, ਵੈਲਕਮ ਟੂ ਪੰਜਾਬ। ਥੈਂਕ ਯੂ ਭਾਅ ਜੀ। ਆਪਾਂ ਜੇ ਗੱਲ ਕਰੀਏ ਰਿਦਮ ਬੋਇਜ਼ ਐਂਟਰਟੇਨਮੈਂਟ ਦੀ, ਇਸ ਸਾਲ ਤੁਹਾਡੀ ਇੱਕ ਬਹੁਤ ਹੀ ਸਕਸੈਸਫੁਲ ਫਿਲਮ ਆ ਚੁੱਕੀ ਹੈ ਲਾਹੌਰੀਏ, ਤੇ ਹੁਣ ਦੋ ਫਿਲਮਾਂ ਹੋਰ ਆਉਣ ਜਾ ਰਹੀਆਂ ਨੇ, ਵੇਖ ਬਰਾਤਾਂ ਚੱਲੀਆਂ ਤੇ ਭਲਵਾਨ ਸਿੰਘ। ਤੇ ਕੀ ਕਹਿਣਾ ਚਾਹੋਗੇ ਵੇਖ ਬਰਾਤਾਂ ਚੱਲੀਆਂ ਬਾਰੇ ਤੇ ਉਸ ਪਰ ਭਲਵਾਨ ਸਿੰਘ? ਸਾਡੀਆਂ ਚਾਰ ਮੂਵੀਜ਼ ਹੁਣ ਤੱਕ ਆਈਆਂ ਨੇ, ਅੰਗਰੇਜ਼, ਲਵ ਪੰਜਾਬ, ਵੇਖ ਬਰਾਤਾਂ ਚੱਲੀਆਂ। ਬੜਾ ਇੱਕ ਡਿਫਰੈਂਟ ਹੈ ਕੰਸੈਪਟ ਹੈ। ਅੱਛਾ, ਲਾਈਕ ਜੀ ਮੂਵੀ। ਅਤੇ ਜਿਵੇਂ ਸਾਡੀਆਂ ਮੂਵੀਜ਼ ਹੁੰਦੀਆਂ, ਬਾਕੀ ਮੂਵੀਜ਼ ਵੀ ਆ ਫੈਮਿਲੀ ਦੇ ਵੇਖਣ ਵਾਲੀਆਂ, ਇਹਦੇ ਵੀ ਇੱਕ ਆ ਬਹੁਤ ਜ਼ਿਆਦਾ ਇੰਟਰਟੇਨਮੈਂਟ ਵਾਲੀ ਮੂਵੀ ਹੈ, ਜਿਵੇਂ ਇਹਦੇ ਹੀ ਹੈ। ਬਾਕੀ ਕਿਵੇਂ ਭਲਵਾਨ ਸਿੰਘ ਜਿਹੜਾ ਉਹ ਥੋੜ੍ਹਾ ਜਿਹਾ ਡਿਫਰੈਂਟ ਕੰਸੈਪਟ ਆ। ਅੱਛਾ, ਹੈਗੀ ਉਹ ਵੀ ਫੈਮਿਲੀ ਮੂਵੀ ਆ, ਸਾਡੀਆਂ ਮੂਵੀਜ਼ ਜਿਹੜੀਆਂ ਆਲਮੋਸਟ ਇਦਾਂ ਦੀ ਫੈਮਿਲੀ ਆਡੀਅੰਸ, ਫੈਮਿਲੀ ਆਡੀਅੰਸ ਵਾਸਤੇ ਹੀ। ਤੇ ਭਾਅ ਜੀ, ਜੇਕਰ ਆਪਾਂ ਵੇਖ ਬਰਾਤਾਂ ਚੱਲੀਆਂ ਦੀ ਗੱਲ ਕਰੀਏ, ਦੋ ਸੋਹਣੇ ਗੱਭਰੂ ਜਵਾਨ ਬੈਠੇ ਆ ਤੇ ਇਹਨਾਂ ਦੇ ਨਾਲ ਇੱਕ ਆਹ ਮੈਡਮ ਬੈਠੇ ਆ, ਹਾਂਜੀ, ਇਹਨਾਂ ਦਾ ਕੀ ਹੈ ਫਿਲਮ ਦੇ ਵਿੱਚ? ਇਹਨਾਂ ਦਾ ਐਕਚੁਅਲੀ ਇਸ ਫਿਲਮ ਦੇ ਜ਼ਰੀਏ ਹੀ ਕੁਛ ਟਰਾਈ ਕੀਤਾ ਹੈਗਾ ਕਿ ਜਿਹੜਾ ਲੋਕਾਂ 'ਚ ਥੋੜ੍ਹਾ ਜਿਹਾ ਵਹਿਮ ਭਰਮ ਜਿਹੜੇ ਹੈਗੇ ਆ, ਉਹਨਾਂ ਦੇ ਥੋੜ੍ਹੀ ਜਿਹੀ ਮਤਲਬ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਅੱਛਾ, ਡਾਇਰੈਕਟਲੀ। ਅੱਛਾ, ਕਿ ਜਿਹੜੇ ਮੰਗਲੀਕ ਹੋਣ ਕਰਕੇ ਕੁਛ ਉਹ ਅਪਾਰ ਕਰਦੇ ਹੁੰਦੇ, ਉਹਨਾਂ ਨੂੰ ਥੋੜ੍ਹਾ ਜਿਹਾ ਉਹ ਕਰਨ ਵਾਸਤੇ ਇਹਦੇ ਵਿੱਚ ਇਹਨਾਂ ਦਾ ਇੱਕ ਬਹੁਤ ਵਧੀਆ ਕਰੈਕਟਰ ਹੈ। ਅੱਛਾ, ਟ੍ਰੇਨਰਸ ਥੋੜ੍ਹਾ ਦੇਖਿਆ ਸੀ। ਯੈਸ, ਅਤੇ ਉਹ ਇਹਨਾਂ ਦਾ ਮੈਰਿਜ ਹੁੰਦੀ ਹੈ ਐਕਚੁਅਲੀ। ਅੱਛਾ, ਇਹਨਾਂ ਦਾ। ਅੱਛਾ, ਬਿਲਕੁਲ ਬਿਲਕੁਲ। ਅਤੇ ਬਸ ਉਹਦੇ ਹੀ ਆਲੇ ਦੁਆਲੇ ਸਾਰੇ। ਅੱਛਾ, ਠੀਕ ਹੈ। ਅਤੇ ਭਾਅ ਜੀ, ਆਪਾਂ ਤੁਹਾਡਾ ਨਾਮ ਤਾਂ ਬਹੁਤ ਸੁਣਿਆ, ਪ੍ਰੋਡਿਊਸਡ ਬਾਏ ਕਾਰਜ ਗਿੱਲ, ਅਤੇ ਬਟ ਤੁਸੀਂ ਅੱਜ ਤੱਕ ਕਦੇ ਕੈਮਰਾ ਦੇ ਸਾਹਮਣੇ ਇੰਟਰਵਿਊਜ਼ ਲਈ ਜਾਂ ਹੋਰ ਚੀਜ਼ਾਂ ਲਈ ਘੱਟ ਆ ਜਾਵੇ ਜਾਂ ਬਿਲਕੁਲ ਹੀ ਨਹੀਂ ਆਉਂਦੇ? ਆਈ ਥਿੰਕ ਇਹ ਤੁਹਾਡੀ ਫਸਟ ਇੰਟਰਵਿਊ ਹੈ ਜੋ ਆਪਾਂ ਕਰਦੇ ਹਾਂ। ਅਤੇ ਭਾਅ ਜੀ, ਇਹਦਾ ਕੀ ਕਾਰਨ ਹੈ ਤੁਸੀਂ ਇੰਨੀਆਂ ਸਕਸੈਸਫੁਲ ਫਿਲਮਾਂ ਬਣਾ ਲਈਆਂ, ਅਤੇ ਕੀ ਕਾਰਨ ਹੈ ਕਿ ਤੁਸੀਂ ਆਪਦੇ ਆਪ ਨੂੰ ਕੈਮਰੇ ਦੇ ਪਿੱਛੇ ਲਗੋ ਕੇ ਰੱਖ ਲਿਆ? ਮੈਨੂੰ ਲੱਗਦਾ ਯਾਰ ਹਰ ਇੱਕ ਬੰਦੇ ਦਾ ਇੱਕ ਆਪਣਾ ਕੰਮ ਹੁੰਦਾ, ਠੀਕ ਹੈ, ਡਾਇਰੈਕਟਰ ਦਾ ਇੱਕ ਆਪਣਾ ਕੰਮ ਹੈ, ਐਕਟਰ ਦਾ ਆਪਣਾ ਕੰਮ ਹੈ, ਡੀਓਪੀ ਦਾ ਆਪਣਾ ਕੰਮ ਹੈ, ਅਤੇ ਜਿਹੜਾ ਬੰਦਾ ਇਹਨਾਂ ਸਾਰਿਆਂ ਦੇ ਚੈੱਕ ਤਾਂ ਤੁਸੀਂ ਸਾਈਨ ਕਰ ਰਹੇ ਹੋ। ਨਹੀਂ, ਸਾਈਨ ਕਰਨ ਵਾਸਤੇ ਸਕਰੀਨ 'ਤੇ ਹੋਣਾ ਜ਼ਰੂਰੀ ਨਹੀਂ, ਬਟ ਹੁੰਦਾ ਕਿ ਜੇ ਇਫ ਆਈ ਐਮ ਇਨਵੈਸਟਿੰਗ ਮੈਂ ਪੈਸੇ ਲਾ ਰਿਹਾ ਤਾਂ ਮੇਰੀ ਵੀ ਥੋੜ੍ਹੀ ਹੋਵੇ ਪਾਉਂਦੀ ਸੀ। ਨਹੀਂ, ਮੈਨੂੰ ਲੱਗਦਾ ਹਰ ਇੱਕ ਬੰਦੇ ਦੀ ਆਪਣੀ ਇੱਕ ਜੋਬ ਹੈ, ਇੱਕ ਡਿਊਟੀ। ਜਦੋਂ ਇੱਕ ਬੰਦਾ ਆਪਣੀ ਜੋਬ ਛੱਡ ਕੇ ਕਿ ਦੂਸਰੀ 'ਚ ਐਂਟਰ ਕਰਨ ਦੀ ਟਰਾਈ ਕਰੂਗਾ, ਹਾਂਜੀ, ਮੈਨੂੰ ਲੱਗਦਾ ਕੰਮ ਉੱਥੇ ਖਰਾਬ ਹੋਣਾ ਸ਼ੁਰੂ ਹੋਊਗਾ। ਅੱਛਾ, ਅਤੇ ਮੈਨੂੰ ਲੱਗਦਾ ਮੈਂ ਜਿੱਥੇ ਹੈਗਾ ਸੈਟਿਸਫਾਈਡ ਹੈ ਬਿਲਕੁਲ। ਅੱਛਾ, ਇਵੇਂ ਦਾ ਕੋਈ ਫਿਊਚਰ ਕੋਈ ਇੱਦਾਂ ਦਾ ਮਸਲਾ ਨਹੀਂ ਹੈਗਾ ਸਕਰੀਨ 'ਤੇ ਆਉਣ ਵਾਲਾ ਜਾਂ ਸਾਹਮਣੇ ਆਉਣ ਵਾਲਾ। ਅੱਛਾ, ਜਿਹੜੀ ਚੀਜ਼ ਤੁਹਾਡਾ ਜਿਹੜਾ ਕੰਮ ਆ ਉਹ ਠੀਕ ਹੋਣਾ ਚਾਹੀਦਾ ਐਕਚੁਅਲੀ। ਜੇ ਕੰਮ ਠੀਕ ਨਹੀਂ ਆ ਤਾਂ ਜਿੰਨਾ ਮਰਜ਼ੀ ਸਾਹਮਣੇ ਆ ਜਾਓ ਕੋਈ ਉਹਦਾ ਮਤਲਬ ਨਹੀਂ ਆ। ਜੇ ਕੰਮ ਠੀਕ ਆ ਤੁਸੀਂ ਨਹੀਂ ਸਾਹਮਣੇ ਆਓਗੇ ਲੋਕ ਜਾਣਦੇ। ਠੀਕ ਹੈ ਭਾਅ ਜੀ, ਮੈਨੂੰ ਤਾਂ ਤੁਹਾਨੂੰ ਦੇਖ ਕੇ ਫਸਟ ਲੁੱਕ 'ਚ ਇਹੀ ਲੱਗਿਆ ਕਿ ਤੁਹਾਨੂੰ ਆਉਣਾ ਚਾਹੀਦਾ ਸਕਰੀਨ 'ਤੇ। ਤੁਹਾਨੂੰ ਬਹੁਤ ਲੋਕਾਂ ਨੇ ਕਿਹਾ ਵੀ ਹੋਏਗਾ ਕਿ ਤੁਸੀਂ ਐਕਟਿੰਗ ਕਿਉਂ ਨਹੀਂ ਟਰਾਈ ਕਰਦੇ, ਤੁਹਾਡਾ ਉਹਨਾਂ ਸਾਰਿਆਂ ਨੂੰ ਕੀ ਜਵਾਬ? ਤੁਸੀਂ ਕੀ ਕਹਿੰਦੇ? ਜਿਹੜਾ ਜਵਾਬ ਤੁਹਾਨੂੰ। ਠੀਕ ਹੈ, ਠੀਕ ਹੈ ਭਾਅ ਜੀ। ਅਤੇ ਆਪਾਂ ਜੇਕਰ ਗੱਲ ਕਰੀਏ ਰਿਦਮ ਬੋਇਜ਼ ਐਂਟਰਟੇਨਮੈਂਟ ਦੀ, ਤੁਸੀਂ ਜਿਹੜਾ ਚਾਰ ਫਿਲਮਾਂ ਤੁਸੀਂ ਬਣਾ ਆ ਚੁੱਕੀਆਂ ਨੇ, ਰਿਲੀਜ਼ ਹੋ ਚੁੱਕੀਆਂ ਨੇ, ਅਤੇ ਭਾਅ ਜੀ ਤੁਹਾਡੀ ਜਿਹੜੀ ਫਿਲਮ ਆਉਂਦੀ ਹੈ ਇੱਕ ਤੋਂ ਬਾਅਦ ਇੱਕ ਨਵੇਂ ਬੈਂਚਮਾਰਕ ਸੈੱਟ ਕਰਦੀ ਹੈ, ਨਵੇਂ ਅੱਛੇ ਕੋਨਸੈਪਟ ਲੈ ਕੇ ਆਉਂਦੀ ਹੈ, ਹਰ ਵਾਰੀ ਡਿਫਰੈਂਟ ਤੋਂ ਡਿਫਰੈਂਟ ਹੁੰਦਾ ਹੈ, ਅਤੇ ਕੀ ਪ੍ਰੋਸੀਜਰ ਕੀ ਹੈ, ਤੁਸੀਂ ਕੀ ਦੇਖ ਕੇ ਫਿਲਮ ਨੂੰ ਚੂਜ਼ ਕਰਦੇ ਹੋ ਵੀ ਇਹ ਫਿਲਮ ਅਸੀਂ ਬਣਾਵਾਂਗੇ? ਅਤੇ ਮੈਨੂੰ ਲੱਗਦਾ ਹਰ ਫਿਲਮ ਦਾ ਹੀ ਇੱਕ ਹੀ ਮੇਨ ਗੱਲ ਹੋਣੀ ਚਾਹੀਦੀ ਕਿ ਸਕ੍ਰਿਪਟ ਕਿਵੇਂ, ਹਾਂਜੀ, ਲਾਈਨ ਜਿਹੜੀ ਆ ਫਿਲਮ ਦੀ ਸਟੋਰੀ ਉਹ ਕਿਵੇਂ ਦੀ। ਉਸ ਤੋਂ ਬਾਅਦ ਸਟੋਰੀ ਸਕ੍ਰਿਪਟ ਤੋਂ ਬਾਅਦ ਮੈਨੂੰ ਲੱਗਦਾ ਕਿ ਤੁਹਾਡੀ ਜਿਹੜੀ ਟੀਮ ਹੈ, ਹਾਂਜੀ, ਸਾਰੀ ਟੀਮ ਜਿਹੜੀ ਹੈ, ਜਦੋਂ ਬੋਇਜ਼ ਨਾਲ ਜਿੰਨੇ ਵੀ ਲੋਕ ਜੁੜੇ ਨੇ ਜਾਂ ਜਦੋਂ ਬੋਇਜ਼ ਜਿਹੜੇ ਲੋਕਾਂ ਨਾਲ ਜੁੜੀ ਆ, ਸਾਡੀ ਟੀਮ ਇੱਦਾਂ ਦੀ ਕਿ ਅਸੀਂ ਐਜ਼ ਏ ਫੈਮਿਲੀ ਕੰਮ ਕਰ ਰਹੇ ਹਾਂ। ਅੱਛਾ, ਸੈੱਟ 'ਤੇ ਕੋਈ ਇੱਦਾਂ ਦਾ ਬੰਦਾ ਨਹੀਂ ਹੁੰਦਾ ਵੀ ਇਹ ਪ੍ਰੋਡਿਊਸਰ ਆ, ਇਹ ਡਾਇਰੈਕਟਰ ਆ,
ਇਹ ਰਾਈਟਰ ਆ ਜਾਂ ਇਹ ਐਕਟਰ ਆ ਮਤਲਬ ਜੇ ਜਿਹੜੀ ਗੱਲ ਜਿਹਨੂੰ ਕਿਸੇ ਨੂੰ ਲੱਗਦੀ ਆ ਕਰਨ ਵਾਸਤੇ ਉੱਥੇ ਕੰਮ ਕਰਨ ਵਾਸਤੇ ਉੱਥੇ ਕੰਮ ਕਰ ਲੈਂਦਾ ਮਤਲਬ ਐਜ਼ ਅ ਫੈਮਿਲੀ ਇੱਕ ਟੀਮ ਕੰਮ ਕਰਦੇ ਮੈਨੂੰ ਲੱਗਦਾ ਅਤੇ ਓਨੈਸਟ ਓਨੈਸਟ ਅਪਰੋਚ ਹੁੰਦੀ ਹੈ ਸਾਰਿਆਂ ਦੀ ਅੱਛਾ ਜਿਹੜੀ ਮੇਨ ਗੱਲ ਹੈ ਮੈਨੂੰ ਜੋ ਲੱਗਦਾ ਕਿ ਕਿਸੇ ਵੀ ਪ੍ਰੋਡਕਟ ਨੂੰ ਪ੍ਰੋਜੈਕਟ ਦੇ ਉੱਤੇ ਕਿਸੇ ਉੱਤੇ ਕੰਮ ਕਰਨ ਵਾਸਤੇ ਉਹਨੂੰ ਸਕਸੈਸ ਉਹਦੇ 'ਚ ਲਿਆਉਣ ਵਾਸਤੇ ਉਹ ਮਤਲਬ ਕਾਮਯਾਬ ਤਾਂ ਹੋਊਗੀ ਤੁਹਾਡੀ ਓਨੈਸਟ ਅਪਰੋਚ ਹੋਊਗੀ ਹਾਂਜੀ ਔਰ ਸਾਰੀ ਟੀਮ ਦੀ ਹੋਊਗੀ ਤੁਸੀਂ ਸਾਰੇ ਇੱਕ ਪਲੇਟਫਾਰਮ 'ਤੇ ਹੋ ਗਏ ਇੱਕ ਓਨੈਸਟ ਅਪਰੋਚ ਜਿਹੜੀ ਆ ਮੈਨੂੰ ਲੱਗਦਾ ਇੱਕ ਬਹੁਤ ਵੱਡਾ ਉਹ ਹੈਗਾ ਗੁਰਮੰਤਰ ਹੈ ਹਾਂਜੀ ਕਿ ਕਿਸੇ ਵੀ ਚੀਜ਼ ਨੂੰ ਮਤਲਬ ਕਾਮਯਾਬੀ ਵਾਸਤੇ ਅਤੇ ਭਾਅ ਜੀ ਤੁਹਾਡੀਆਂ ਚਾਰੋਂ ਫਿਲਮਾਂ ਨੇ ਹੁਣ ਤੱਕ ਬਹੁਤ ਹੀ ਵੱਖ ਵੱਖ ਬਿਜ਼ਨਸ ਕੀਤਾ ਇੰਡੀਆ 'ਚ ਵੀ ਅਤੇ ਓਵਰਸੀਜ਼ 'ਚ ਵੀ ਇਹ ਇਹਦਾ ਕਾਰਨ ਮੇਨ ਆ ਰਿਹਾ ਕਿ ਤੁਹਾਡੀਆਂ ਫਿਲਮਾਂ ਨੂੰ ਫੈਮਿਲੀ ਆਡੀਅੰਸ ਜੋ ਵੀ ਤੁਸੀਂ ਕਿਹਾ ਪਹਿਲਾਂ ਕਿ ਦੇਖਣ ਜਾਂਦੀ ਹੈ ਸਾਰੀ ਸਾਰੀ ਫੈਮਿਲੀ 10-10 ਮੈਂਬਰ 12-12 ਮੈਂਬਰ ਇਕੱਠੇ ਹੋ ਕੇ ਫਿਲਮਾਂ ਦੇਖਣ ਜਾਂਦੇ ਹੈ ਅਤੇ ਕੀ ਕਿੱਦਾਂ ਦਾ ਮਹਿਸੂਸ ਹੁੰਦਾ ਜਦੋਂ ਫੈਮਿਲੀਜ਼ ਤਾਰੀਫ ਕਰਦੀਆਂ ਅਤੇ ਉਹ ਦੂ ਸੈਕਿੰਡ ਟਾਈਮ ਥਰਡ ਟਾਈਮ ਫਿਲਮਾਂ ਦੇਖਣ ਜਾਂਦੀਆਂ 10-10, 12-12 ਹਫ਼ਤੇ ਫਿਲਮਾਂ ਚੱਲਦੀਆਂ ਉਦੋਂ ਕਿੱਦਾਂ ਦਾ ਮਹਿਸੂਸ ਹੁੰਦਾ ਕਿ ਕੋਈ ਵੀ ਕੰਮ ਮੈਂ ਜਿਹੜਾ ਮੂਵੀਜ਼ ਬਾਰੇ ਗੱਲ ਨਹੀਂ ਕਰਦਾ ਜਿੱਥੇ ਤੁਸੀਂ ਮਿਹਨਤ ਕੀਤੀ ਹੁੰਦੀ ਹੈ ਬਹੁਤ ਜ਼ਿਆਦਾ ਮਿਹਨਤ ਕੀਤੀ ਹੁੰਦੀ ਹੈ ਤੁਹਾਡੇ ਦਿਨ ਰਾਤ ਲੱਗੀ ਹੁੰਦੀ ਹੈ ਉਹ ਚੀਜ਼ ਜਦੋਂ ਕਾਮਯਾਬ ਹੁੰਦੀ ਹੈ ਰਾਈਟ ਔਰ ਉਹਨਾਂ ਲੋਕਾਂ 'ਚ ਹੁੰਦੀ ਹੈ ਜਿਹਨਾਂ 'ਚ ਤੁਸੀਂ ਚਾਹ ਰਹੇ ਹੁੰਦੇ ਕਿ ਹੋ ਗਏ ਠੀਕ ਹੈ ਤੁਹਾਨੂੰ ਖੁਸ਼ੀ ਨਹੀਂ ਹੁੰਦੀ ਹੈ ਡੈਫੀਨੇਟਲੀ ਤੁਹਾਨੂੰ ਲੱਗਦਾ ਹੈ ਪ੍ਰਾਊਡ ਫੀਲ ਹੁੰਦਾ ਆਪਣੇ ਆਪ 'ਤੇ ਕਿ ਯਾਰ ਇੱਕ ਸਾਡੀ ਟੀਮ ਨੇ ਇੱਦਾਂ ਦਾ ਕੰਮ ਕੀਤਾ ਜਿਹੜਾ ਲੋਕਾਂ ਨੂੰ ਠੀਕ ਲੱਗਦਾ ਲੋਕਾਂ ਨੂੰ ਚੰਗਾ ਲੱਗਦਾ ਇਸ ਕਰਕੇ ਜੇ ਜਿਹੜਾ ਕੰਮ ਤੁਸੀਂ ਮਿਹਨਤ ਨਾਲ ਕੀਤਾ ਹੋਵੇ ਉਹ ਜਦੋਂ ਫਲ ਮਿਲਦਾ ਉਹਦੀ ਫੀਲਿੰਗ ਤਾਂ ਵੱਖਰੀ ਹੁੰਦੀ ਹੈ ਡੈਫੀਨੇਟਲੀ ਹਾਂਜੀ ਅਤੇ ਭਾਅ ਜੀ ਜਿੱਦਾਂ ਤੁਸੀਂ ਕਿਹਾ ਕਿ ਸਕ੍ਰਿਪਟ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਜੇ ਤੁਸੀਂ ਕੋਈ ਫਿਲਮ ਚੂਜ਼ ਕਰਦੇ ਹੋ ਅਤੇ ਹੁਣ ਰਿਦਮ ਬੋਇਜ਼ ਦਾ ਇੱਕ ਨਾਮ ਇੱਕ ਬ੍ਰਾਂਡ ਇਮੇਜ ਬਣ ਚੁੱਕੀ ਹੈ ਅਤੇ ਹੁਣ ਕਿੰਨਾ ਸਪੈਸ਼ਲ ਕਿੰਨਾ ਖਾਸ ਧਿਆਨ ਦਿੱਤਾ ਜਾਂਦਾ ਹੈ ਉਸ ਚੀਜ਼ 'ਤੇ ਕਿ ਜੋ ਸਕ੍ਰਿਪਟ ਹੈ ਉਹ ਲਾਈਕ ਜਦੋਂ ਪਿਛਲੀ ਫਿਲਮ ਨਾਲੋਂ ਬੈਟਰ ਹੋਵੇ ਅਤੇ ਸਾਫ਼ ਸੁਥਰੀ ਚੀਜ਼ ਹੋਵੇ ਅਤੇ ਫੈਮਿਲੀ ਆਡੀਅੰਸ ਨੂੰ ਜ਼ਿਆਦਾ ਕੇਟਰ ਕਰੇ ਕਿੰਨਾ ਧਿਆਨ ਇਸ ਚੀਜ਼ 'ਤੇ ਹੁਣ ਦਿੱਤਾ ਜਾਂਦਾ ਫੈਮਿਲੀ ਆਡੀਅੰਸ ਮੈਨੂੰ ਲੱਗਦਾ ਕਿ ਸਾਨੂੰ ਨਾ ਜਿਵੇਂ ਸਮਟਾਈਮ ਇੱਕ ਚੀਜ਼ ਤੁਹਾਡੇ ਖੂਨ 'ਚ ਹੁੰਦੀ ਹੈ ਹਾਂਜੀ ਤੁਹਾਡੇ ਬਲੱਡ 'ਚ ਹੁੰਦੀ ਮੈਨੂੰ ਲੱਗਦਾ ਕਿ ਸਾਨੂੰ ਉਹਦੇ ਵਾਸਤੇ ਐਫਰਟ ਨਹੀਂ ਕਰਨੀ ਪੈਂਦੀ ਹਾਂਜੀ ਸਾਨੂੰ ਸਾਡੀ ਪਰਵਰਿਸ਼ ਇੱਦਾਂ ਦੀ ਹੋਈ ਹੈ ਸਾਡੇ ਮਤਲਬ ਜਿਹੜੇ ਉਹ ਬੇਸਿਕਲੀ ਅਸੀਂ ਐਵੇਂ ਦੇ ਹਾਂ ਚਾਹੇ ਅਮਰਿੰਦਰ ਹੁਣਾਂ ਦੇ ਸੌਂਗ ਲੈ ਲਓ ਹੁਣ ਤੱਕ ਹਾਂਜੀ ਹਾਂਜੀ ਪੂਰੀ ਕੈਰੀਅਰ ਦੇ ਵਿੱਚ ਕਿ ਸਾਨੂੰ ਸਪੈਸ਼ਲੀ ਕਦੀ ਐਫਰਟ ਨਹੀਂ ਕਰਨੀ ਪੈਂਦੀ ਕਿ ਇਹ ਫੈਮਿਲੀ ਵਾਸਤੇ ਕਰਨਾ ਕਿਉਂਕਿ ਇਹ ਨੋਰਮਲ ਸਾਡਾ ਜਿਹੜਾ ਕੰਮ ਹੋਊਗਾ ਨਾ ਉਹ ਫੈਮਿਲੀ ਵਾਸਤੇ ਹੋਊਗਾ ਸਾਨੂੰ ਹੋ ਸਕਦਾ ਜੇ ਕਹੀਂ ਕੋਈ ਫੈਮਿਲੀ ਤੋਂ ਹਟ ਕੇ ਕੁਝ ਐਫਰਟ ਕਰਨੀ ਹੋਵੇ ਕੋਈ ਥੋੜ੍ਹਾ ਜਿਹਾ ਲੋ ਲੈਵਲ ਦੀ ਕੋਈ ਚੀਜ਼ ਉਹਦੇ ਵਾਸਤੇ ਸਾਨੂੰ ਹੋ ਸਕਦਾ ਐਫਰਟ ਕਰਨੀ ਪਵੇ ਨੋਰਮਲ ਜਿਹੜੀ ਸਾਫ਼ ਸੁਥਰੀ ਠੀਕ ਚੀਜ਼ ਹੈ ਉਹਦੇ ਵਾਸਤੇ ਮੈਂ ਐਫਰਟ ਨਹੀਂ ਕਰਨੀ ਪੈਂਦੀ ਸਾਨੂੰ ਪਤਾ ਉਹ ਇਦਾਂ ਹੀ ਆ ਉਹ ਆਟੋਮੈਟਿਕਲੀ ਆ ਜਾਂਦੀ ਤੇ ਭਾਅ ਜੀ ਤੁਸੀਂ ਅਮਰਿੰਦਰ ਗਿੱਲ ਭਾਈ ਦਾ ਨਾਮ ਲਿਆ ਮੇਰਾ ਨੈਕਸਟ ਸਵਾਲ ਉਹਨਾਂ ਬਾਰੇ ਸੀ ਤੇ ਤੁਹਾਡਾ ਤੇ ਅਮਰਿੰਦਰ ਭਾਈ ਦਾ ਇੱਕ ਬਹੁਤ ਹੀ ਸਪੈਸ਼ਲ ਬੌਂਡ ਹੈ ਆਈ ਥਿੰਕ ਤੁਸੀਂ ਉਹਨਾਂ ਨਾਲ ਸਟਾਰਟਿੰਗ ਤੋਂ ਹੀ ਉਹਨਾਂ ਦਾ ਕਾਲਜ ਟਾਈਮ ਤੋਂ ਕਰਕੇ ਸਨ ਕੁਝ ਅਮਰਿੰਦਰ ਭਾਈ ਨਾਲ ਆਪਣੀ ਜਰਨੀ ਬਾਰੇ ਦੱਸੋ ਆਪਣੇ ਰਿਲੇਸ਼ਨਸ਼ਿਪ ਬਾਰੇ ਦੱਸੋ ਸਾਰੇ ਜਾਣਨਾ ਚਾਹੁੰਦੇ ਮੈਨੂੰ ਲੱਗਦਾ ਉਸ ਸ਼ਖਸ ਵਾਸਤੇ ਮੇਰੇ ਕੋਲ ਵਰਡ ਨਹੀਂ ਹੈਗੇ ਐਕਚੁਅਲੀ ਉਹ ਮੇਰਾ ਭਰਾ ਵੀ ਹੈ ਹਾਂਜੀ ਮੇਰਾ ਯਾਰ ਵੀ ਹੈ ਉਹ ਮੇਰਾ ਬਿਜ਼ਨਸ ਦੇ ਵਿੱਚ ਹਨਾ ਪਾਰਟਨਰ ਵੀ ਹੈ ਅੱਛਾ ਮਤਲਬ ਸਾਰਾ ਕੁਝ ਜੋ ਵੀ ਹੋ ਸਕਦਾ ਇੱਕ ਬੰਦਾ ਮੈਨੂੰ ਲੱਗਦਾ ਸਮ ਟਾਈਮ ਜੇ ਅਸੀਂ ਸਕੇ ਭਰਾ ਹੁੰਦੇ ਹੋ ਸਕਦਾ ਸਾਡੀ ਇੰਨੀ ਅੰਡਰਸਟੈਂਡਿੰਗ ਨਾ ਹੁੰਦੀ ਅੱਛਾ ਮਤਲਬ ਮੈਂ ਜਿਹੜੇ ਰੀਅਲ ਬ੍ਰਦਰ ਵੀ ਆ ਉਹਨਾਂ ਵਿੱਚ ਵੀ ਇੰਨਾ ਇੱਕ ਦੂਸਰੇ 'ਤੇ ਟਰਸਟ ਕਰਨਾ ਇੱਕ ਦੂਸਰੇ ਦੇ ਉੱਤੇ ਫੇਥ ਕਰਨਾ ਜਾਂ ਇੱਕ ਦੂਸਰੇ ਨਾਲ ਅੰਡਰਸਟੈਂਡਿੰਗ ਜਿਹੜੀ ਮੈਂ ਰੱਬ ਮੇਰੇ ਦੇ ਚਲੋ ਹਨਾ ਇਵੇਂ ਦਾ ਨਹੀਂ ਦੇਖੀ ਬਟ ਮੈਨੂੰ ਲੱਗਦਾ ਇਹਦੇ ਇਹ ਜਿਹੜੀ ਸਾਡੀ ਲੰਬੀ ਇੱਕ ਉਹ ਜਾ ਰਹੀ ਹੈ ਜਰਨੀ ਜਿਹੜੀ ਹੈ ਇਹਦੇ ਵਿੱਚ ਮੈਨੂੰ ਲੱਗਦਾ ਮੇਰੀ ਐਫਰਟ ਘੱਟ ਹੈ ਅੱਛਾ ਟੂ ਬੀ ਵੈਰੀ ਓਨੈਸਟ ਇਹ ਉਹਦੇ ਵੱਲੋਂ ਜ਼ਿਆਦਾ ਐਫਰਟ ਹੈ ਅੱਛਾ ਉਹ ਇਸ ਲੈਵਲ ਦਾ ਇਨਸਾਨ ਆ ਉਹ ਇਸ ਲੈਵਲ ਦਾ ਬੰਦਾ ਵਾ ਕਿ ਇਹ ਸਾਰਾ ਕੁਛ ਉਹਦੇ ਕਰਕੇ ਹੋ ਰਿਹਾ ਅੱਜ ਰਿਦਮ ਬੋਇਜ਼ ਖੜੀ ਆ ਅੱਜ ਮੈਂ ਤੁਹਾਡੇ ਨਾਲ ਇੰਟਰਵਿਊ ਕਰ ਰਿਹਾ ਸਪੋਜ਼ ਅਤੇ ਇਹਦਾ ਰੀਜ਼ਨ ਅਮਰਿੰਦਰ ਗਿੱਲ ਹੈ ਮੈਂ ਜਿੱਥੇ ਚੇਅਰ 'ਤੇ ਬੈਠਾ ਤਾਂ ਇਟ ਮੀਨਸ ਕਿ ਇਹਦਾ ਇਹਦੇ ਪਿੱਛੇ ਅਮਰਿੰਦਰ ਗਿੱਲ ਮਤਲਬ ਮੈਨੂੰ ਲੱਗਦਾ ਕਿ ਅਸੀਂ ਆਪਸ ਵਿੱਚ ਵੀ ਸਮਟਾਈਮ ਗੱਲ ਕਰਦੇ ਹੁੰਦੇ ਹਾਂ ਅਸੀਂ ਕਦੇ ਵੀ ਕੁਝ ਪਲਾਨ ਕਰਕੇ ਨਹੀਂ ਆਏ ਇਸ ਫੀਲਡ 'ਚ ਪਲਾਨ ਕਰਕੇ ਨਹੀਂ ਆਇਆ ਜੀ ਸਿੰਗਿੰਗ ਵਿੱਚ ਪਲਾਨ ਕਰਕੇ ਨਹੀਂ ਆਏ ਕੁਛ ਅੱਛਾ ਸਾਨੂੰ ਜੋ ਮਿਲਿਆ ਉਹ
ਰੱਬ ਨੇ ਕੀ ਕਿਹਾ ਕਿ ਠੀਕ ਨੀਤ ਨਾਲ ਕੰਮ ਕਰੀਏ ਜਿਹੜੀ ਹੁੰਦੀ ਨਾ ਕਿ ਓਨੈਸਟੀ ਇਜ਼ ਦ ਬੈਸਟ ਪਾਲਿਸੀ ਵਾਲਾ ਮਸਲਾ ਉਹ ਕਰਕੇ ਔਰ ਇਹ ਚੀਜ਼ਾਂ ਮੈਨੂੰ ਜ਼ਿਆਦੀਆਂ ਪੱਕੀਆਂ ਕੀਤੀਆਂ ਉਹ ਅਮਰਿੰਦਰ ਨੇ ਮੇਰੀਆਂ ਮੇਰੇ ਵਿੱਚ ਮੈਨੂੰ ਹੋ ਸਕਦਾ ਵੀ ਮੇਰੀਆਂ ਆਦਤਾਂ ਬਹੁਤ ਜ਼ਿਆਦਾ ਮਾੜੀਆਂ ਹੋਣ ਅਤੇ ਉਹ ਪਿਛਲੇ ਜਿਹੜਾ 20-22 ਸਾਲ ਦੀ ਜਿਹੜੀ ਉਹ ਹੈਗੀ ਆ ਜਰਨੀ ਆ ਉਹਦੇ ਵਿੱਚ ਮੇਰੀਆਂ ਬੜੀਆਂ ਚੀਜ਼ਾਂ ਨੈਗੇਟਿਵ ਨਿਕਲ ਗਈਆਂ ਹੋਣਗੀਆਂ ਅਤੇ ਪੋਜ਼ਿਟਿਵ ਆਈਆਂ ਹੋਣਗੀਆਂ ਬਿਕੋਜ਼ ਆਫ ਹਿਮ ਮਤਲਬ ਮੈਨੂੰ ਬੜੀਆਂ ਚੀਜ਼ਾਂ ਮੈਂ ਹੁਣ ਵੀ ਬੜੀਆਂ ਥਾਵਾਂ 'ਤੇ ਹੋ ਸਕਦਾ ਮੇਰੇ ਡਿਸੀਜ਼ਨ ਜਾਂ ਮੇਰੀ ਆ ਗੱਲਾਂ ਜਾਂ ਮੇਰਾ ਕੁਛ ਇੱਦਾਂ ਦਾ ਹੋ ਜਾਂਦਾ ਉਹ ਜਿੱਥੇ ਮੈਨੂੰ ਉਹਨੇ ਕਹਿਣਾ ਪ੍ਰੋਡਕਸ਼ਨ ਐਕਟਿੰਗ ਕੁਛ ਪਲਾਨ ਨਹੀਂ ਸੀ ਇਹ ਸਾਰਾ ਹੁੰਦਾ ਗਿਆ ਤੇ ਭਾਜੀ ਹੁਣ ਕਿੱਦਾਂ ਮਹਿਸੂਸ ਹੁੰਦਾ ਕਿ ਲਾਈਕ ਇੱਕ ਟਾਈਮ ਸੀ ਜਦੋਂ ਆਮ ਸ਼ੋਰ ਤੁਸੀਂ ਜਾਂਦੇ ਹੋਗੇ ਮਿਊਜ਼ਿਕ ਕੰਪਨੀਸ ਕੋਲ ਵੀ ਸਾਡਾ ਅਮਰਿੰਦਰ ਦਾ ਗਾਣਾ ਰਿਲੀਜ਼ ਕਰੋ ਤੇ ਅੱਜ ਉਹੀ ਕੰਪਨੀਜ਼ ਜਾਂ ਹੋਰ ਪ੍ਰੋਡਿਊਸਰਸ ਤੁਹਾਡੇ ਕੋਲ ਆਉਂਦੇ ਨੇ ਭਾਜੀ ਅਸੀਂ ਤੁਹਾਡੀ ਨੈਕਸਟ ਫਿਲਮ ਕਰਨੀ ਹੈ ਪਲੀਜ਼ ਸਾਡੇ ਨਾਲ ਫਿਲਮ ਸਾਈਨ ਕਰੋ ਰਿਵਰਸ ਹੋ ਗਿਆ ਹੁਣ ਸਾਰਾ ਕਿੱਦਾਂ ਅਗੇਨ ਮੈਨੂੰ ਲੱਗਦਾ ਹੋ ਸਕਦਾ ਜੇ ਮੈਂ ਇਕੱਲਾ ਇਸ ਫੀਲਡ 'ਚ ਹੁੰਦਾ ਤੇ ਮੈਂ ਇਸ ਪੋਜੀਸ਼ਨ 'ਤੇ ਹੁੰਦਾ ਤਾਂ ਉਹਦਾ ਮੇਰਾ ਦਿਮਾਗ ਖਰਾਬ ਹੁੰਦਾ ਅੱਛਾ ਅਗੇਨ ਮੈਂ ਫਿਰ ਉਹਦਾ ਨਾਂ ਲਊਂਗਾ ਅਮਰਿੰਦਰ ਦਾ ਉਹਦੇ ਨਾਲ ਰਹਿ ਰਿਹਾ ਕਿ ਕਦੀ ਫੀਲਿੰਗ ਨਹੀਂ ਹੋ ਰਿਹਾ ਕਿ ਕਦੀ ਕਿਉਂਕਿ ਅੱਜ ਤੱਕ ਮੈਨੂੰ ਅੱਜ ਤੱਕ ਜਾਂ ਕਿਸੇ ਹੋਰ ਨੂੰ ਵੀ ਇਹ ਨਹੀਂ ਫੀਲ ਹੋਇਆ ਕਿ ਅਮਰਿੰਦਰ ਇੱਕ ਜੋ ਹੈਗਾ ਪਲੱਸ ਹੀ ਆ ਪੋਜ਼ਿਟਿਵ ਹੀ ਆ ਮਤਲਬ ਜੋ ਅਸੀਂ ਡਿਸਾਈਡ ਨਹੀਂ ਕੀਤਾ ਅਸੀਂ ਕੁਝ ਪਲੈਨ ਨਹੀਂ ਜੋ ਮਿਲਿਆ ਠੀਕ ਹੈ ਬਹੁਤ ਹੈ ਭਾਜੀ ਅੱਜ ਕੱਲ੍ਹ ਆਪਾਂ ਜੇ ਗੱਲ ਕਰੀਏ ਪੰਜਾਬੀ ਇੰਡਸਟਰੀ ਤੁਸੀਂ ਆਪ ਵੀ ਇਹ ਵਰਡ ਯੂਜ਼ ਕੀਤਾ ਡਿਫਰੈਂਟ ਕੋਨਸੈਪਟ ਤੁਸੀਂ ਸਟਾਰਟਿੰਗ ਇੰਟਰਵਿਊ ਦੇ ਯੂਜ਼ ਕੀਤਾ ਅਤੇ ਮੈਨੂੰ ਤਾਂ ਦੇਖੋ ਡਿਫਰੈਂਟ ਕੋਨਸੈਪਟ ਐਜ਼ ਐਨ ਆਡੀਅੰਸ ਇੰਨਾ ਸਮਝ ਆਉਂਦਾ ਨਹੀਂ ਹੈ ਮੇਰੇ ਵਾਸਤੇ ਤਾਂ ਫਿਲਮ ਹੀ ਹੁੰਦੀ ਹੈ ਤਾਂ ਹਾਂ ਬਟ ਜੇਕਰ ਮੈਂ ਗੱਲ ਕਰਾਂ ਤੁਹਾਡੀਆਂ ਫਿਲਮਾਂ ਦੀ ਰਿਦਮ ਬੋਇਜ਼ ਦੀਆਂ ਤਾਂ ਮੈਨੂੰ ਇਹ ਹੈ ਕਿ ਹਰ ਵਾਰੀ ਕੁਛ ਨਵਾਂ ਪ੍ਰੋਡਕਟ ਦੇਖਣ ਨੂੰ ਮਿਲਦਾ ਹੈ ਕਦੇ ਇਹ ਨਹੀਂ ਕਿ ਸੇਮ ਫਾਰਮੂਲਾ ਤੁਸੀਂ ਚੱਕ ਕੇ ਕਾਪੀ ਪੇਸਟ ਕਰਕੇ ਰਿਪੀਟ ਕਰਦਾ ਹੋਵੇ ਤੁਹਾਡੇ ਅਕੋਰਡਿੰਗਲੀ ਤੁਸੀਂ ਡਿਫਰੈਂਟ ਕੁਛ ਨਾ ਕੁਛ ਮਿਲਣਾ ਹੁੰਦਾ ਕੁਛ ਕਰਨਾ ਹੁੰਦਾ ਸਮਟਾਈਮ ਕੋਈ ਕਰਕੇ ਡਿਫਰੈਂਟ ਕੋਨਸੈਪਟ ਇਹ ਹੈ ਕਿ ਕਿਸ ਔਰੇ ਦੇ ਵਿੱਚ ਕਿਸ ਤਰ੍ਹਾਂ ਟ੍ਰੀਟ ਕਰਕੇ ਕਿਸ ਤਰ੍ਹਾਂ ਦੀ ਡਾਇਲੈਕਟ ਨੇ ਕਿਸ ਤਰ੍ਹਾਂ ਦੀਆਂ ਸਕ੍ਰੀਨ ਪਲੇ ਆ ਉਹਨੂੰ ਵੱਖਰੇ ਵੱਖਰੇ ਤਰੀਕੇ ਦੇ ਨਾਲ ਜਿਹੜਾ ਉਹ ਕਰਕੇ ਉਹਨੂੰ ਸ਼ੇਡਸ ਜਿਹੜੀਆਂ ਡਿਫਰੈਂਟ ਡਿਫਰੈਂਟ ਹੋਣ ਉੱਦਾਂ ਦਾ ਐਕਸਪੈਰੀਮੈਂਟ ਕੀਤੇ ਜਾ ਸਕਦੇ ਆ ਲਾਈਨ ਜਿਹੜੀ ਆ ਆਲਮੋਸਟ ਉਹੀ ਹੁੰਦੀ ਰਾਈਟ ਕੋਨਸੈਪਟ ਜਿਵੇਂ ਅੰਗਰੇਜ਼ ਸੀਗਾ ਫੋਰ ਐਗਜ਼ਾਮਪਲ ਅੰਗਰੇਜ਼ ਪੀਰੀਅਡ ਫਿਲਮ ਲਈ ਐਕਸਪੈਰੀਮੈਂਟ ਕੀਤਾ ਗਿਆ ਸੀ ਉਹਨੂੰ ਕਹਿੰਦੇ ਡਿਫਰੈਂਟ ਕੋਨਸੈਪਟ ਸੀਗਾ ਸਟੋਰੀ ਵੇਖੋ ਕਹਿੰਦੇ ਸਟੋਰੀ ਨੋਰਮਲ ਹੈ ਠੀਕ ਹੈ ਕੋਨਸੈਪਟ ਡਿਫਰੈਂਟ ਸੀਗਾ ਇੱਕ ਰਿਸਕ ਸੀਗਾ ਪਤਾ ਨਹੀਂ ਜਿੱਥੇ ਜਿੱਥੇ ਮਤਲਬ ਅੱਜ ਦੀ ਡੇਟ 'ਚ ਬਹੁਤ ਵੱਡੇ ਵੱਡੇ ਸ਼ਾਰਟਸ ਲੈ ਜਾਂਦੇ ਆ ਮੂਵੀਜ਼ ਦੇ ਈਵਨ ਮਤਲਬ ਹੈਲੀਕਾਪਟਰਸ ਯੂਜ਼ ਕੀਤੇ ਜਾਂਦੇ ਆ ਬੀਚਸ ਵੱਡੀਆਂ ਯੂਜ਼ ਕੀਤੀਆਂ ਜਾਂਦੀਆਂ ਉੱਥੇ ਉੱਦਾਂ ਦੀ ਫਿਲਮ ਬਣਾਉਣੀ ਕਿ ਜਿੱਥੇ ਸਟ੍ਰਿਕਟਲੀ ਮਨਾ ਕੀਤਾ ਗਿਆ ਹੈ ਕਿ ਕੋਈ ਕੋਸਟਿਊਮ ਪ੍ਰੈਸ ਕਰਕੇ ਨਹੀਂ ਪਾਉਣਾ ਜਿਹੜੇ ਮੈਂ ਪਾਉਣਾ ਕਿ ਗੰਦੇ ਕੱਪੜੇ ਪੁਰਾਣੇ ਕੱਪੜੇ ਉੱਦਾਂ ਦੇ ਕੱਪੜੇ ਪਾ ਕੇ ਮਤਲਬ ਆਪਾਂ ਕਾਮਯਾਬ ਹੋ ਜਾਵਾਂਗੇ ਉਵੇਂ ਤਾਂ ਇਹ ਆਈ ਮੀਨ ਕਿ ਉੱਦਾਂ ਦਾ ਜਿਹੜੇ ਕੰਸੈਪਟ ਹੈ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਵਾ ਡਿਫਰੈਂਟ ਕੰਸੈਪਟ ਹੈ ਇਹਦਾ ਕਿ ਇੱਕ ਚੀਜ਼ ਨਾਲ ਇੱਕ ਚੀਜ਼ ਨਾਲ ਦੂਸਰੀ ਮਿਲੀ ਨਹੀਂ ਉਸ ਤੋਂ ਬਾਅਦ ਜੇ ਲਵ ਪੰਜਾਬ ਆਈ ਹੈ ਤਾਂ ਪੰਜਾਬ ਟੋਟਲ ਅੰਗਰੇਜ਼ ਤੋਂ ਡਿਫਰੈਂਟ ਸੀ ਟੋਟਲੀ ਉਹਦਾ ਕੋਈ ਲੈਣਾ ਦੇਣਾ ਨਹੀਂ ਸੀ ਠੀਕ ਹੈ ਉਹ ਇੱਕ ਵੱਖਰੀ ਸਟੋਰੀ ਸੀਗੀ ਹਸਬੈਂਡ ਵਾਈਫ ਦੀ ਸਟੋਰੀ ਸੀਗੀ ਉਸ ਤੋਂ ਬਾਅਦ ਬੰਬੂ ਘਾਟ ਆਈ ਉਹ ਡਿਫਰੈਂਟ ਸੀਗਾ ਕਨਸੈਪਟ ਸਾਨੂੰ ਉਹਦੀ ਗੱਲ ਸੀ ਕਿ ਲੱਗਦਾ ਪੰਜਾਬੀ ਫਿਲਮ ਕਹੇ ਇੱਦਾਂ ਦੀ ਹੋਇਆ ਸੋ ਇੱਦਾਂ ਦੀ ਛੋਟੀ ਮੋਟੀ ਚੀਜ਼ਾਂ ਜਿਹੜੀਆਂ ਤੁਹਾਨੂੰ ਕਨਸੈਪਟ ਨੂੰ ਡਿਫਰੈਂਟ ਡਿਫਰੈਂਟ ਕਰ ਦਿੰਦੀ ਉਹ ਕਿਵੇਂ ਦਾ ਹੀ ਹੈ ਸਾਰਾ ਕੁਛ ਲਾਹੌਰੀਏ ਇੰਡੀਆ ਪਾਕਿਸਤਾਨ ਦੀ ਗੱਲ ਸੀਗੀ ਕਿਵੇਂ ਅੱਛਾ ਲਾਹੌਰੀ ਵਿੱਚ ਸਭ ਤੋਂ ਜਿਹੜੀ ਵਧੀਆ ਗੱਲ ਸੀਗੀ ਅੰਬਰ ਦੀ ਮੈਨੂੰ ਜਿਹੜੀ ਵਧੀਆ ਗੱਲ ਲੱਗਦੀ ਹੈ ਡਾਕਟਰ ਅੰਬਰ ਨੇ ਸਾਰਾ ਕੁਛ ਸੋਚਿਆ ਸੀਗਾ ਕਿ ਜਦੋਂ 47 ਦੀ ਗੱਲ ਹੁੰਦੀ ਆ ਜਾਂ ਇੰਡੀਆ ਪਾਕਿਸਤਾਨ ਦੀ ਗੱਲ ਹੁੰਦੀ ਹੈ ਤੇ ਗੱਲ ਆਉਂਦੀ ਆ ਲੜਾਈ ਦੀ ਨਫ਼ਰਤ ਇਹ ਅੰਬਰ ਦਾ ਪਲੱਸ ਪੁਆਇੰਟ ਸੀਗਾ ਕਿ ਇੰਡੀਆ ਪਾਕਿਸਤਾਨ ਦੀ ਗੱਲ ਹੁੰਦੀ ਪਰ ਪਿਆਰ ਦੀ ਗੱਲ ਠੀਕ ਹੈ ਫੈਮਿਲੀਜ਼ ਆਪਸ ਵਿੱਚ ਮਿਲਦੀਆਂ ਤੇ ਫੈਮਿਲੀਜ਼ ਆਪਸ ਵਿੱਚ ਪਿਆਰ ਦੀ ਗੱਲ ਕਰਦੀਆਂ
ਚਾਹੇ ਉਹ ਬਜ਼ੁਰਗ ਆ ਉਹਦੇ ਵਿੱਚ ਸਪੈਸ਼ਲੀ ਇਹ ਵੀ ਵਿਖਾ ਦਿੱਤਾ ਗਿਆ ਸੀ ਕਿ ਜਿਹੜੀਆਂ ਨੌਂ ਸੱਸ ਜਿਹੜੀਆਂ ਹੈਗੀਆਂ ਉਹ ਵੀ ਜੋ ਜਾਂਦੀਆਂ ਤੇ ਉਹਨਾਂ ਦਾ ਵੀ ਆਪਸ ਵਿੱਚ ਇੰਨਾ ਪਿਆਰ ਹੋਇਆ ਇੱਕ ਟਾਈਮ ਤੇ ਜਦੋਂ ਉਹ ਫਿਲਮ ਵਿੱਚ ਤੁਸੀਂ ਦੇਖੀ ਜੋ ਵਕ ਹੁੰਦੀਆਂ ਉਹ ਉਹਨਾਂ ਨੂੰ ਸੇਮ ਫੀਲ ਕੀਤਾ ਕਿ 47 ਵਾਲਾ ਮਸਲਾ ਵੀ ਸਾਡੇ ਨਾਲ ਹੋ ਗਿਆ ਜਾ ਹਾਂਜੀ ਹਾਂਜੀ ਅਸੀਂ ਫੇਰ ਵਕ ਹੋ ਗਏ ਦੂਸਰੇ ਹਾਂਜੀ ਕਿ ਉਹ ਲੋਕਾਂ ਦਾ ਪਿਆਰ ਆ ਜਿਹੜਾ ਐਕਚੁਅਲੀ ਹੈਗਾ ਹਾਂਜੀ ਨਾਰਮਲੀ ਆਮ ਲੋਕ ਜਿਹੜੇ ਆ ਉਹ ਇੱਕ ਦੂਸਰੇ ਨਾਲ ਨਫ਼ਰਤ ਨਹੀਂ ਕਰਦੇ ਉਹ ਪਿਆਰ ਕਰਦੇ ਲੋਹਾਰੀ ਸੀ ਗੱਲ ਸੀਗੀ ਪਲੱਸ ਪੁਆਇੰਟ ਸੀਗਾ ਇੱਕ ਵੱਖਰੀ ਗੱਲ ਸੀਗੀ ਕਿ ਇੰਡੀਆ ਪਾਕਿਸਤਾਨ ਦੀ ਗੱਲ ਕੀਤੀ ਪਰ ਪਿਆਰ ਦੀ ਗੱਲ ਤੇ ਭਾਜੀ ਕਿੰਨਾ ਕੁ ਵੱਡਾ ਰਿਸਕ ਫੈਕਟਰ ਸੀਗਾ ਜਦੋਂ ਤੁਸੀਂ ਇੰਡੀਆ ਪਾਕਿਸਤਾਨ ਦੀ ਗੱਲ ਤੁਸੀਂ ਕਰ ਰਹੇ ਸੀ ਕਿੰਨਾ ਕੁ ਵੱਡਾ ਇਹ ਰਿਸਕ ਫੈਕਟਰ ਸੀ ਕਦੇ ਕਿਸੇ ਤਰ੍ਹਾਂ ਦਾ ਕੋਈ ਡਰ ਕੁਛ ਲੱਗਿਆ ਹੋਵੇ ਵੀ ਕੱਲ੍ਹ ਨੂੰ ਸ਼ਾਇਦ ਇਹ ਮੂਵੀ ਰਿਲੀਜ਼ ਨਾ ਹੋ ਸਕੇ ਜਾਂ ਕੁਛ ਕਦੇ ਉਹਦਾ ਕੁਛ ਨਹੀਂ ਬਣਾਇਆ ਕਰੀ ਇੱਦਾਂ ਦਾ ਕੁਛ ਨਹੀਂ ਆਇਆ ਸੀ ਕਿਉਂਕਿ ਮੈਂ ਕਿਵੇਂ ਕਿਹਾ ਨਾ ਕਿ ਜਦੋਂ ਤੁਸੀਂ ਇੱਕ ਪੋਜ਼ਿਟਿਵ ਗੱਲ ਕਰਦੇ ਹੋ ਨਾ ਹਾਂਜੀ ਹਾਂਜੀ ਤੁਸੀਂ ਇੱਕ ਓਨੈਸਟ ਅਪਰੋਚ ਕਰਦੇ ਹੋ ਤੁਹਾਡੀ ਟੀਮ ਠੀਕ ਹੁੰਦੀ ਹੈ ਤੇ ਕੰਮ ਆਪਣੇ ਆਪ ਠੀਕ ਹੁੰਦੇ ਰਹਿੰਦੇ ਅੱਛਾ ਪਰ ਇੱਦਾਂ ਦਾ ਕੁਛ ਸੀਗਾ ਨਹੀਂ ਦਿਮਾਗ 'ਚ ਠੀਕ ਹੈ ਤੇ ਭਾਜੀ ਹੁਣ ਲਾਹੌਰੀਏ ਤਾਂ ਹੋ ਗਈ ਤੇ ਹੁਣ ਅੱਗੇ ਆਉਣ ਵਾਲੀ ਫਿਲਮ ਵੇਖ ਰਹਿਣਾ ਚਾਹੀਦਾ ਤੇ ਇਸ ਤੋਂ ਬਾਅਦ ਆ ਰਹੀ ਹੈ ਪਰਵਾਜ ਸਿੰਘ ਜੇਕਰ ਆਪਾਂ ਦੇਖੀਏ ਗੋਇੰਗ ਫਾਰਵਰਡ ਹੁਣ ਰਿਦਮ ਬੋਇਜ਼ ਕਿਸ ਤਰਫ ਅੱਗੇ ਵੱਧ ਰਿਹਾ ਹੈ ਤੁਸੀਂ ਕੀ ਆਪਦੇ ਬ੍ਰੈਂਡ ਨੂੰ ਹੁਣ ਕਾਰਪੋਰੇਟ ਕਲਚਰ ਪੰਜਾਬ 'ਚ ਲੈ ਕੇ ਆਉਣਾ ਚਾਹੁੰਦੇ ਹੋ ਜਿੰਨਾ ਬਾਲੀਵੁੱਡ 'ਚ ਆਪਾਂ ਦੇਖਦੇ ਹਾਂ ਜਾਂ ਤੁਹਾਡੀ ਕੀ ਫਿਊਚਰ ਨੂੰ ਲੈ ਕੇ ਕੀ ਵਿਜ਼ਨ ਹੈ ਮੈਨੂੰ ਲੱਗਦਾ ਕਿ ਕਾਰਪੋਰੇਟ ਕਲਚਰ ਜਿਹੜਾ ਉਹ ਪੰਜਾਬ 'ਚ ਬਹੁਤਾ ਨਹੀਂ ਚੱਲਦਾ ਸਾਡੇ ਲੋਕ ਸ਼ੋਸ਼ਿਤ ਜ਼ਿਆਦਾ ਨੇ ਆਪਸ ਵਿੱਚ ਸਾਡੇ ਦੇ ਉੱਤੇ ਆਪਣੇ ਦੇ ਉੱਤੇ ਐਵੇਂ ਦੀ ਗੱਲ ਹੈ ਕਿ ਜੇ ਕਿਸੇ ਸਪੋਰਟਸ ਸਟਾਰ ਨੂੰ ਜਾਂ ਕਿਸੇ ਦੇ ਮੈਨੇਜਰ ਨਾਲ ਕਰਨੀ ਪਵੇ ਗੱਲ ਕਰਨੀ ਪੈ ਜਾਵੇ ਤਾਂ ਉਹ ਵੀ ਸਮਝਦਾ ਵੀ ਯਾਰ ਮੈਂ ਆਪ ਬੜੀ ਗੱਲ ਕੀਤੀ ਹੈ ਨਾ ਇਵੇਂ ਤਾਂ ਕੁਛ ਹੈ ਨਹੀਂ ਗਾ ਸਾਡੇ 'ਚ ਬਹੁਤ ਜ਼ਿਆਦਾ ਆ ਉਵੇਂ ਦੀ ਕੋਈ ਪਲੈਨਿੰਗ ਨਹੀਂ ਕਿ ਰਿਦਮ ਬੋਇਜ਼ ਨੂੰ ਬਹੁਤ ਵੱਡੇ ਕਾਰਪੋਰੇਟ ਲੈਵਲ 'ਤੇ ਲੈ ਕੇ ਜਾਣਾ ਸਾਨੂੰ ਸਿਰਫ ਇਹ ਕਿ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਚਾਹੇ ਮੂਵੀਜ਼ ਨੇ ਚਾਹੇ ਮਿਊਜ਼ਿਕ ਆ ਜਾਂ ਕੁਛ ਵੀ ਹੋਰ ਕਰਾਂਗੇ ਬਸ ਅਸੀਂ ਆਪਣੇ ਲੈਵਲ 'ਤੇ ਉਹ ਕੰਮ ਕਰੀਏ ਕਿ ਕੰਪਨੀ ਆਪਣੇ ਆਪ 'ਚ ਕਿੰਨੀ ਵੱਡੀ ਹੁੰਦੀ ਜਾਂਦੀ ਆ ਉਹ ਸਾਨੂੰ ਪਤਾ ਨਹੀਂ ਇਵੇਂ ਤਾਂ ਕੋਈ ਪਲੈਨਿੰਗ ਨਹੀਂ ਕਿ ਸੋਚ ਕੇ ਆਏ ਕਿ ਤੂੰ ਇੱਦਾਂ ਕਰ ਦੇਣਾ ਇੱਦਾਂ ਕਰ ਦੇਣਾ ਬਸ ਆਪਣੀ ਆਪਣੀ ਅਪਰੋਚ ਲੈ ਕੇ ਇੱਕ ਠੀਕ ਨੀਅਤ ਨਾਲ ਆਪਣਾ ਜਿਹੜਾ ਕੰਮ ਹੈ ਉਹ ਕਰੀ ਜਾਣਾ ਆਪਣੇ ਆਪ 'ਚ ਹੁੰਦਾ ਜਾਊਗਾ ਵੈਬ ਸੀ ਠੀਕ ਹੈ ਅਤੇ ਭਾਅ ਜੀ ਹੁਣ ਜਾਂਦੇ ਜਾਂਦੇ ਵੇਖ ਰਹਾ ਤਾਂ ਚੱਲੀਆਂ ਅਤੇ ਪਰਮਾਨ ਸਿੰਘ ਤੋਂ ਬਾਅਦ ਕੁਛ ਦੱਸ ਸਕਦੇ ਹੋ ਆਪਣੇ ਤੁਹਾਡੇ ਹੋਰ ਕਿਹੜੇ ਕਿਹੜੇ ਪ੍ਰੋਜੈਕਟਸ ਇਨ ਦਾ ਪਾਈਪ ਹਾਂਜੀ ਇੱਕ ਤੇ ਨੈਕਸਟ ਅਮਰਿੰਦਰ ਦੇ ਨਾਲ ਵੀ ਮੂਵੀ ਡਨ ਕਰ ਰਹੇ ਅੱਛਾ ਉਹ ਵੀ ਇੱਕ ਵੱਖਰਾ ਹੀ ਕੰਸੈਪਟ ਹੈ ਤੇ ਅਗੇ ਕੁਝ ਇੱਕ ਵਰਡ ਇੱਕ ਯਾਰ ਕੁਝ ਨਹੀਂ ਅੱਛਾ ਸੌਰੀ ਮੈਨੂੰ ਚਾਹੀਦਾ ਮੈਂ ਤਾਂ ਤੁਹਾਡੇ ਤੋਂ ਦੇਖੋ ਮੈਂ ਤਾਂ ਚਾਹੀਦਾ ਬਸ ਕਰਨਾ ਪਾਸ ਨਹੀਂ ਇਵੇਂ ਤਾਂ ਕੁਝ ਨਹੀਂ ਹੈ ਉਸ ਤੋਂ ਬਾਅਦ ਨੈਕਸਟ ਈਅਰ 29th ਆਫ ਜੂਨ ਨੂੰ ਇੱਕ ਫਿਲਮ ਲੈ ਕੇ ਆ ਰਿਹਾ ਅੱਛਾ ਡੇਟ ਡਿਸਾਈਡਡ ਹੈ 29th ਆਫ ਜੂਨ ਤੇ 27th ਆਫ ਜੁਲਾਈ ਅੱਛਾ ਦੋ ਠੀਕ ਹੈ ਡੇਟ ਫੜੀਆਂ ਬੁੱਕ ਕਰ ਲਓ ਵੀ ਸਾਰੇ ਬੁੱਕ ਕਰ ਲਓ ਇਨ ਬਿਟਵੀਨ ਕੋਈ ਆ ਗਈ ਤੇ ਮੈਂ ਤੁਹਾਨੂੰ ਵਾਇਰਲ ਲੈ ਲਿਓ ਨਾ ਠੀਕ ਹੈ ਮਗਰ ਦੋ ਦਿਨ ਤਾਂ ਤਿਆਰੀ ਰੱਖੀ ਦੋ ਦੀ ਤਿਆਰੀ ਠੀਕ ਹੈ ਭਾਜੀ ਠੀਕ ਹੈ ਭਾਜੀ ਸਾਨੂੰ ਗੱਲਾਂ ਬਾਤਾਂ ਕਰਕੇ ਤੁਹਾਡੇ ਨਾਲ ਬਹੁਤ ਜ਼ਿਆਦਾ ਮਜ਼ਾ ਆਇਆ ਥੈਂਕ ਯੂ ਤੇ ਫਸਟ ਆਫ ਆਲ ਵੇਖ ਰਿਹਾ ਤਾਂ ਚੱਲੀਆਂ ਬਹੁਤ ਜਲਦ ਦੋ ਤਿੰਨ ਦਿਨਾਂ ਚ ਰਿਲੀਜ਼ ਹੋ ਰਹੀ ਹੈ ਤੇ ਉਹਦੇ ਲਈ ਆਲ ਦਾ ਬੈਸਟ ਉਸ ਤੋਂ ਬਾਅਦ ਬਲਵਾਨ ਸਿੰਘ ਤੇ ਉਸ ਤੋਂ ਬਾਅਦ ਅਗਨੀਆ ਗੋਸ ਉਹਦੇ ਹੋ ਸਕਦਾ ਉਹਦੇ ਦਰਮਿਆਨ ਨੂੰ ਇੱਕ ਅੱਧੀ ਗਲਾਸ ਦੇ ਪਰ ਉਹ ਡੇਟ ਤੇ ਬੱਗੀਆਂ ਹੈਗੀਆਂ ਠੀਕ ਹੈ ਭਾਜੀ ਥੈਂਕ ਯੂ ਸੋ ਮਚ ਫਾਰ ਬੀਇੰਗ ਓਕੇ ਜੀ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ